ਬਿਜਲੀ ਬੋਰਡ ਦੇ ਵਿੱਚ ਹੈਲਮੇਟ ਨਹੀਂ ਲਿਆ ਤੁਸੀਂ, ਬਾਈਕ ਚਲਾ ਰਹੇ ਹੋ, ਹੈਲਮੇਟ ਕਿਉਂ ਨਹੀਂ ਲੈ ਰਹੇ? ਨਹੀਂ ਇੰਨੀ ਜਲਦੀ ਕਾਹਦੀ, ਆਪਣੀ ਜਾਨ ਨਾਲੋਂ ਜ਼ਿਆਦਾ ਜ਼ਰੂਰੀ ਕੰਮ ਹੋ ਗਿਆ, ਕਿਉਂ ਨਹੀਂ ਹੈਲਮੇਟ ਲੈਂਦੇ? ਡਾਕੂਮੈਂਟ ਕਿੱਥੇ ਤੁਹਾਡੇ? ਨਹੀਂ ਉੱਧਰ ਕਿਉਂ ਗਿਆ ਫਿਰ ਮੋਟਰਸਾਈਕਲ ਵੀ ਉੱਧਰ ਹੀ ਰਹਿਣ ਦੇਣਾ ਸੀ? ਕਿਹਨੂੰ ਫੋਨ ਕੀਤਾ? ਮੁੰਡੇ ਨੂੰ ਫੋਨ ਕੀਤਾ, ਹੈਲਮੇਟ ਵੀ ਉਹ ਲੈ ਕੇ ਆ ਰਿਹਾ? ਡਾਕੂਮੈਂਟ ਛੱਡੋ, ਨਹੀਂ ਹੈਗੇ ਕੋਈ ਗੱਲ ਨੀ, ਪਰ ਹੈਲਮੇਟ ਤਾਂ ਹੋਣਾ ਚਾਹੀਦਾ ਨਾ ਸਿਰ ਤੇ, ਉਹ ਵੀ ਨੀ ਹੈਗਾ ਤੁਹਾਡੇ ਸਿਰ ਤੇ? ਤੁਸੀਂ ਇਹ ਕਹਿ ਰਹੇ ਹੋ ਵੀ ਮੇਰਾ ਕੰਮ ਜ਼ਰੂਰੀ ਆ, ਮੇਰੀ ਜਾਨ ਹੀ ਜ਼ਰੂਰੀ ਆ ਆਪਣੀ, ਹੈਨਾ? ਸਭ ਤੋਂ ਪਹਿਲਾਂ ਆਪਣੀ ਸਿਹਤ, ਆਪਣੀ ਜਾਨ ਜ਼ਰੂਰੀ ਆ, ਬਾਕੀ ਸਾਰੇ ਕੰਮ ਬਾਅਦ ਵਿੱਚ ਆ। ਹੁਣ ਇੰਪਾਊਂਡ ਹੋ ਜਾਣਾ ਮੋਟਰਸਾਈਕਲ ਤੁਹਾਡਾ, ਕਰ ਦਈਏ? ਜਿੱਥੇ ਬਾਈਕ ਆ, ਜਿੱਥੇ ਮੋਟਰਸਾਈਕਲ ਤੁਹਾਡਾ, ਜਿੱਥੇ ਗੱਡੀ ਆ, ਉੱਥੇ ਡਾਕੂਮੈਂਟ ਹੋਣੇ ਚਾਹੀਦੇ। ਹੈਲਮੇਟ ਲਿਆ ਹੋਵੇ ਸਿਰ ਤੇ ਅਸੀਂ ਰੋਕਦੇ ਨੀਗੇ। ਇਹ ਕੈਂਸਰ ਹੋਸਪਿਟਲ ਪੁਲ ਦੇ ਨੀਚੇ ਆ ਜੀ, ਹੁਣ ਤੁਹਾਡੇ ਸਾਹਮਣੇ ਹੀ ਹੈ। ਇਹਨਾਂ ਨੂੰ ਰੋਕਿਆ, ਇਹਨਾਂ ਨੇ ਵਿਦਾਊਟ ਹੈਲਮੇਟ ਸੀਗਾ, ਡਾਕੂਮੈਂਟ ਮੰਗੇ, ਡਾਕੂਮੈਂਟ ਹੈ ਨਹੀਂ ਗੇ, ਹੈਲਮੇਟ ਹੈ ਨਹੀਂ ਗਾ ਜੀ। ਹੈਲਮੇਟ ਵੀ ਲੈ ਕੇ ਕੋਈ ਆ ਰਿਹਾ, ਮਗਰ ਡਾਕੂਮੈਂਟ ਵੀ ਲੈ ਕੇ ਆ ਰਿਹਾ, ਇਹ ਤਾਂ ਮੋਟਰਸਾਈਕਲ ਬਾਉਂਡ ਕਰ ਰਹੇ ਹੈ। ਕੀ ਕਹਿਣਾ, ਜਿਹੜੇ ਏਦਾਂ ਦੀ ਕਈ ਪੁਲਿਸ ਵੱਲੋਂ ਅਵੇਅਰਨੈਸ ਕੈਂਪ ਵੀ ਲਾਏ ਜਾਂਦੇ ਨੇ ਵੀ ਟ੍ਰੈਫਿਕ ਦੀ ਨੂੰ ਪੋਲਿਸੀ ਨੂੰ ਸਮਝਿਆ ਜਾਵੇ, ਉਹਦੇ ਬਾਰੇ ਕੀ ਕਹਿਣਾ ਕਿ ਜਿਹੜੇ ਏਦਾਂ ਦੇ ਸ਼ਰਾਰਤ ਨਹੀਂ ਹਟਦੇ? ਨਹੀਂ ਹਟਦੇ, ਉਹਨਾਂ ਦੇ ਬੰਦੇ ਚਲਾਨ ਕਰੀ ਜਾਂਦੇ ਆ ਜੀ, ਵੱਧ ਤੋਂ ਵੱਧ ਚਲਾਨ ਕਰੀਦੇ ਆ, ਨਹੀਂ ਸਮਝਦੇ। ਨਹੀਂ ਉਹ ਦੇਖ ਲਈਦੀ, ਅਸੀਂ ਆਨਲਾਈਨ ਦੇਖ ਲਈਦੇ ਆ, ਪਰ ਸਿਰ 'ਤੇ ਹੈਲਮੇਟ ਤਾਂ ਹੋਣਾ ਚਾਹੀਦਾ ਨਾ। ਜਦੋਂ ਸਿਰ 'ਤੇ ਹੈਲਮੇਟ ਨਹੀਂ, ਅਸੀਂ ਚਲਾਨ ਕਰਨਾ ਹੁੰਦਾ ਆ, ਉਹ ਫਿਰ ਆਨਲਾਈਨ ਜਿਹੜਾ ਆ ਵੈਲਿਡ ਨਹੀਂ ਹੈਗੇ, ਫਿਰ ਆਪਾਂ ਨੂੰ ਇੰਪਾਊਂਡ ਕਰਨੀ ਪੈਂਦੀ ਗੱਡੀ ਕੋਈ ਵੀ ਹੋਵੇ। ਜੇ ਆਖਰੀ ਸਵਾਲ, ਜਿਹੜੇ ਵੀ ਕਮਿਟੀ ਸਮਝੇ, ਜਿਹੜਾ ਹਰ ਕੋਈ ਪਰਸਨ ਆਉਂਦਾ ਫੋਨ ਸਾਨੂੰ ਲਾ ਕੇ ਗੱਲ ਕਰਾਉਣ, ਉਹਨੂੰ ਕਿਵੇਂ ਦੇਖਦੇ? ਨਹੀਂ ਦੇਖੋ, ਗੱਲ ਕਰਨੀ ਤਾਂ ਉਹ ਬਾਅਦ ਦੀ ਗੱਲ ਆ, ਪਹਿਲਾਂ ਤਾਂ ਅਸੀਂ ਆਪਣਾ ਦੇਖਣਾ ਹੈ ਵੀ ਅਗਲੇ ਨੇ ਕੀ ਗਲਤੀ ਕੀਤੀ ਹੈ, ਕੀ ਅਫੈਂਸ ਉਹਨੇ ਤੋੜਿਆ ਆ, ਕਿਹੜੀ ਕਾਨੂੰਨੀ ਕਾਰਵਾਈ ਕਰਨੀ ਅਸੀਂ ਉਹ ਕਰਨੀ ਹੈ। ਫੋਨ ਸੁਣਾਂਗੇ, ਪਰ ਲੇਕਿਨ ਚਲਾਨ ਜਿਹੜਾ ਬਣਦਾ ਉਹ ਚਲਾਨ ਕਰਨ ਤੋਂ ਬਾਅਦ ਫੋਨ 'ਤੇ ਅਗਲੇ ਨੂੰ ਦੱਸਦੇ ਇਹਦੀ ਗਲਤੀ ਆ ਅਤੇ ਇਹਦਾ ਆਹ ਚਲਾਨ ਕੀਤਾ ਆ। ਫੋਨ ਇਹ ਨਹੀਂ ਮਤਲਬ ਹੈਗਾ ਵੀ ਅਗਲਾ ਫੋਨ ਕਰੇ ਅਸੀਂ ਫੋਨ ਕੇ ਉਹਨੂੰ ਇਗਨੋਰ ਕਰ ਦਈਏ, ਇੱਦਾਂ ਨਹੀਂ ਹੈਗਾ ਜੀ। Subscribe to our YouTube channel News DNN by clicking the bell icon. Don't forget to like, comment and share.